14 ਅਪ੍ਰੈਲ ਨੂੰ ਕੇਜੀਐਫ ਚੈਪਟਰ 2 ਮੂਵੀ ਰਿਲੀਜ਼ ਹੋ ਚੁੱਕੀ ਹੈ ਜੋ ਕਿ 2018 ਵਿੱਚ ਆਈ ਕੇਜੀਐਫ ਚੈਪਟਰ 1 ਦਾ ਸੀਕਵਲ ਹੈ ਕਿਵੇਂ ਦੀ ਆ ਮੂਵੀ ਕਰਦੇ ਆ ਗੱਲਬਾਤ ਉਸ ਤੋਂ ਪਹਿਲਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤਾਂ ਜੋ ਨਵੀਆਂ ਨਵੀਆਂ ਅਪਡੇਟ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਲਕਮ ਟੂ ਮਾਈ YouTube ਚੈਨਲ ਐਚ ਆਰ ਟੀਵੀ ਮੂਵੀ ਵਿੱਚ ਮੇਨ ਲੀਡ ਵਿੱਚ ਨਜ਼ਰ ਆਉਂਦਾ ਯਸ਼ ਤੇ ਬਿਲਨ ਦੇ ਰੂਪ ਵਿੱਚ ਨਜ਼ਰ ਆਉਂਦਾ ਸੰਜੇ ਦੱਤ ਇਨ ਐਜ਼ ਅਧੀਰਾ ਦੇ ਨਾਲ ਉਹਨਾਂ ਦੇ ਨਜ਼ਰ ਆਉਂਦੇ ਨੇ ਰੁਬੀਨਾ ਟੰਡਨ। ਜੇ ਮੂਵੀ ਦੀ ਸਟੋਰੀ ਦੀ ਗੱਲ ਕਰੀਏ ਤਾਂ KGF ਚੈਪਟਰ 1 ਵਿੱਚ ਦਿਖਾਇਆ ਸੀ ਮੁੰਬਈ ਦੀ ਗਲੀਆਂ 'ਚ ਉੱਠ ਕੇ ਇੱਕ ਆਮ ਜਿਹਾ ਲੜਕਾ KGF ਦੀ ਕੁਰਸੀ ਤੇ ਬੈੰਦਾ ਤੇ KGF ਚੈਪਟਰ 2 ਵਿੱਚ ਇਹ ਦਿਖਾਇਆ ਗਿਆ ਕਿ KGF ਦੀ ਕੁਰਸੀ ਤੇ ਬੈਠਣ ਤੋਂ ਬਾਅਦ ਉਹ ਉਸ ਨੂੰ ਕਾਇਮ ਕਿਵੇਂ ਰੱਖਦਾ ਉਸ ਤੇ ਬੈਠਿਆ ਕਿਵੇਂ ਰਹਿੰਦਾਗਾ ਉਸ ਅੱਗੇ ਕੀ ਕੁਝ ਔਕੜਾਂ ਆਉਂਦੀਆਂ ਨੇ ਕੀ ਕੁਝ ਪਰੇਸ਼ਾਨੀਆਂ ਆਉਂਦੀਆਂ ਨੇ ਮੂਵੀ ਵਿੱਚ ਯਸ ਦੀ ਸੰਜੇ ਦੱਤ ਦੀ ਜਿਹੜੀ ਇੰਟਰੋਡਕਸ਼ਨ ਦਿੱਤੀ ਆ ਉਹ ਬਹੁਤ ਵਧੀਆ ਲੱਗਦੀ ਆ ਸਪੈਸ਼ਲੀ ਜਿਹੜੀ ਸੰਜੇ ਦੱਤ ਦੀ ਇੰਟਰੋਡਕਸ਼ਨ ਦਿਖਾਈ ਆ ਉਸ ਨੂੰ ਦੇਖ ਕੇ ਤਾਂ ਹੈਰਾਨੀ ਹੁੰਦੀ ਆ ਗੂਸਬੰਮਜ਼ ਆਉਂਦੇ ਨੇ ਉਸ ਇੰਟਰੋਡਕਸ਼ਨ ਨੂੰ ਦੇਖ ਕੇ ਮੂਵੀ ਵਿੱਚ ਬਹੁਤ ਸਾਰੇ ਸੀਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਦੇਖ ਕੇ ਗੂਸਬੰਮਜ਼ ਆ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਆ ਵੀ ਇਹ ਕੁਝ ਵੀ ਹੋ ਸਕਦਾ ਮੂਵੀ ਚ ਸ਼ੁਰੂ ਵਿੱਚ ਸੰਜੇ ਦੱਤ ਦੇ ਥੋੜਾ ਰੋਲ ਲੈ ਕੇ ਤਾਂ ਇੱਕਦਮ ਸੰਜੇ ਦੱਤ ਨੂੰ ਗਾਇਬ ਕਰ ਦਿੰਦੇ ਨੇ ਪਰ ਮੂਵੀ ਉੱਥੇ ਸਲੋ ਨਹੀਂ ਹੁੰਦੀ ਕਿਉਂਕਿ ਉਸ ਸਮੇਂ ਰਵਿੰਨਾ ਟੰਡਨ ਦਾ ਕਰੈਕਟਰ ਜਿਹੜਾ ਮੂਵੀ ਵਿੱਚ ਸਾਹਮਣੇ ਆ ਜਾਂਦਾਗਾ ਤਾਂ ਮੂਵੀ ਆਪਾਂ ਨੂੰ 1 ਮਿੰਟ ਵੀ ਬੋਰ ਨਹੀਂ ਕਰੂਗੀ ਫੁੱਲ ਪੈਸਾ ਵਸੂਲ ਮੂਵੀ ਐ ਮੂਵੀ ਵਿੱਚ ਯਸ ਦੇ ਐਟੀਟਿਊਡ ਨੂੰ ਜਿਹੜੀ ਚੀਜ਼ ਮੈਚ ਕਰਦੀ ਐ ਉਹ ਐ ਮੂਵੀ ਦਾ ਬੈਕਗ੍ਰਾਉਂਡ ਮਿਊਜ਼ਿਕ ਬਹੁਤ ਲਾਊਡ ਲਾਊਡ ਮੂਵੀ ਦਾ ਮਿਊਜ਼ਿਕ ਵੱਜਦਾ ਜੋ ਮੂਵੀ ਵਿੱਚ ਇੰਟਰਸਟ ਬਣਾ ਕੇ ਰੱਖਦਾ ਮੂਵੀ ਦੇ ਐਕਸ਼ਨ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਗਜਬ ਬਹੁਤ ਵਧੀਆ ਐਕਸ਼ਨ ਦਿਖਾਏ ਗਏ ਨੇ ਮੂਵੀ ਵਿੱਚ ਹਵਾਈ ਫਾਇਰਿੰਗ ਦਿਖਾਈ ਗਈ ਐ ਕੱਡੀਆਂ ਉਡਦੀਆਂ ਦਿਖਾਈਆਂ ਗਈਆਂ ਨੇ ਖੂਨ ਖਰਾਬਾ ਬਹੁਤ ਕੁਝ ਦਿਖਾਇਆ ਗਿਆ ਮੂਵੀ ਦਾ ਸੈੱਟ ਬਹੁਤ ਵਧੀਆ ਬਣਾਇਆ ਗਿਆ ਜਿੱਥੇ ਮੂਵੀ ਦੀ ਸ਼ੂਟਿੰਗ ਹੋਈ ਆ ਉਹ ਚੀਜ਼ ਵੀ オリジナル ਲੱਗਦੀ ਆ ਵਧੀਆ ਲੱਗਦੀ ਆ ਦੇਖਣ ਨੂੰ ਜੇ ਮੂਵੀ ਦੇ ਫਾਈਟਿੰਗ ਦੀ ਗੱਲ ਕਰੀਏ ਤਾਂ ਰੌਕੀ ਬਸ ਅੰਧੇਰਾ ਉਹਦਾ ਐਕਸ਼ਨ ਮੈਨੂੰ ਠੀਕ ਠਾਕ ਲੱਗਿਆ ਕਿਉਂਕਿ ਉਹਦੇ ਐਂ ਲੱਗਦਾ ਕਿ ਬਹੁਤ ਜ਼ਿਆਦਾ ਕੱਟ ਲੱਗੇ ਹੋਏ ਨੇ ਹੋ ਸਕਦਾ ਕਿਉਂਕਿ ਜਿਹੜਾ ਬਿਲਨ ਦਾ ਰੂਪ ਹੈ ਉਹ ਸੰਜੇ ਦੱਤ ਕਰ ਰਿਹਾ ਹੈ ਤਾਂ ਮੂਵੀ ਵਿੱਚ ਵੀ ਸੰਜੇ ਦੱਤ ਦਾ ਆਪਾਂ ਨੂੰ ਫੇਸ ਐਕਸ਼ਨ ਸੀਨ ਵਿੱਚ ਦੇਖੂਗਾ ਉਹਨਾਂ ਨੇ ਆਪਣਾ ਰੋਲ ਉਹ ਆਪ ਕਰਿਆਗਾ ਇਸ ਲਈ ਕਿਉਂਕਿ ਉਹਨਾਂ ਦੀ ਕਾਫੀ ਜ਼ਿਆਦਾ ਏਜ ਹੋ ਚੁੱਕੀ ਹੈ ਤਾਂ ਮੂਵੀ ਦੇ ਐਕਸ਼ਨ ਸੀਨ ਵਿੱਚ ਕੱਟ ਲੱਗੇ ਹੋਏ ਨੇ ਇਸ ਕਰਕੇ ਮੂਵੀ ਦੇ ਸੌਂਗਸ ਨੇ ਉਹ ਵੀ ਬਹੁਤ ਜ਼ਿਆਦਾ ਵਧੀਆ ਨੇ ਸੁਲਤਾਨ ਵਾਲਾ ਸੌਂਗ ਹੈ ਤੂਫਾਨ ਵਾਲਾ ਸੌਂਗ ਹੈ ਮੂਵੀ ਦੇ ਸੌਂਗਸ ਵੀ ਵਧੀਆ ਨੇ ਟਰੈਕ ਮੂਵੀ ਦੇ ਵਧੀਆ ਨੇ ਹਾਲਾਂਕਿ ਸੁਲਤਾਨ ਵਾਲਾ ਟਰੈਕ ਹੈ ਜਿਹੜਾ ਉਹ ਕੇਜੀਐਫ ਚੈਪਟਰ 1 ਵਿੱਚ ਵੀ ਹੁੰਦਾਗਾ ਇੱਕ ਗੱਲ ਮੈਂ ਤੁਹਾਨੂੰ ਦੱਸ ਦਵਾਂ ਕਿ ਜਦੋਂ ਮੂਵੀ ਖਤਮ ਹੋਊਗੀ ਤਾਂ ਉੱਠ ਕੇ ਨਾ ਜਾਇਓ ਕਿਉਂਕਿ ਮੂਵੀ ਵਿੱਚ ਪੋਸਟ ਕ੍ਰੈਡਿਟ ਸੀਨ ਵੀ ਹੈ ਇੱਕ ਮੂਵੀ ਵਿੱਚ ਬਾਹਰੀ ਬਰਕਮ ਡਾਇਲੋਗ ਵੀ ਸੁਣਨ ਨੂੰ ਮਿਲਦੇ ਨੇ ਤਾਂ ਓਵਰঅল ਮੂਵੀ ਵੀ ਵਧੀਆ ਹੈ ਮੈਂ ਪਰਸਨਲੀ ਮੂਵੀ ਨੂੰ ਰეკਮੈਂਡ ਕਰੂੰਗਾ ਕਿ ਇੱਕ ਵਾਰ ਤੁਸੀਂ ਮੂਵੀ ਜਾ ਕੇ ਦੇਖ ਲਓ ਵਧੀਆ ਮੂਵੀ ਹੈ ਇੱਕ ਪ੍ਰੋਪਰ ਐਕਸ਼ਨ ਮੂਵੀ ਜਿਹੜੀ ਦਿਖਾਈ ਗਈ ਹੈ ਇਹੋ ਜਿਹਿਆਂ ਹੋਰ ਵੀਡੀਓਜ਼ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈੱਲ ਆਈਕਨ ਵੀ ਦਬਾ ਦਿਓ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਤਬ ਤੱਕ ਲਈ ਸਤਿ ਸ੍ਰੀ ਅਕਾਲ